ਵੇ ਕੋਈ ਪਿੱਛੇ ਚੈਕਿੰਗ ਰੂਮ ਆ ਬਾਰ ਬਾਰ ਜੇ ਬਣਾਇਆ ਹੈ ਵਧੀਆ ਬਣਾਇਆ ਹੈ ਇਹ ਘਰ ਉਹ ਆ ਜਿਹੜਾ ਆਪਾਂ ਟ੍ਰੇਲਰ ਤੇ ਆਪਾਂ ਪਾ ਕੇ ਲੈ ਜਾਂਦੇ ਹਾਂ ਧਰ ਕੇ ਲੈ ਜਾਂਦੇ ਜਿੱਥੇ ਮਰਜ਼ੀ ਆਪਾਂ ਮੂਵ ਕਰ ਸਕਦੇ ਜੀ ਛੋਟਾ ਜਿਹਾ ਇਹਦਾ ਬਣਾਇਆ ਇਹਨਾਂ ਨੇ ਚੈਕਿੰਗ ਰੂਮ ਬਹੁਤ ਵਧੀਆ ਬਣਾਇਆ ਹੈ ਹੁਣ ਮੈਂ ਅੰਦਰ ਜਾ ਕੇ ਆਇਆ ਬਾਹਰ ਬੈਠਣ ਨੂੰ ਵਧੀਆ ਇੱਥੇ ਆ ਪਿੱਛੇ ਪਿਆ ਗਾਰਬੇਜ ਡੱਬੇ ਪਏ ਆ ਇੱਥੇ ਪਹਿਲਾਂ ਟ੍ਰੇਲਰ ਸਾਫ ਕਰਨਾ ਪਹਿਲਾਂ ਟ੍ਰੇਲਰ ਸਾਫ ਕਰਵਾਉਂਦੇ ਆ ਤੇ ਬਾਅਦ ਵਿੱਚ ਫਿਰ ਆਪਾਂ ਟ੍ਰੇਲਰ ਡੋਰ ਲਾ ਕੇ ਪਾਰਕ ਦੇ ਵਿੱਚ ਆਪਾਂ ਟ੍ਰੇਲਰ ਲਾ ਲੈਣਾ ਆ ਤੇ ਇਹਨਾਂ ਨੇ ਫਿਰ ਕਾਲ ਕਰਨੀ ਆਪਾਂ ਨੂੰ ਫਿਰ ਡੋਰ ਮਿਲਣਾ ਜੀ ਆਪਾਂ ਨੂੰ ਤੇ ਆਪਾਂ ਉਹਨਾਂ ਟਾਈਮ ਵੇਟ ਕਰਦੇ ਹਾਂ ਚੱਲ ਕੇ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਚੱਲ ਕੇ ਦੱਸ ਨੂੰ ਵੀ ਜੀ ਲਓ ਜੀ ਆਪਾਂ ਪਹੁੰਚ ਗਏ ਹਾਂ ਓਕਲਾਮਾ ਤੋਂ ਓਹਾਇਓ ਸਵੇਰ ਹੋ ਗਈ ਆ ਸਾਰੀ ਰਾਤ ਦੇ ਇੱਦਾਂ ਹੀ ਡਰਾਈਵਰੀ ਕਰਦਾ ਆਇਆ ਜੀ ਮੈਂ ਸਵੇਰ ਹੋ ਗਈ ਆ ਕੱਲ ਨਾ ਠੰਡ ਹੋਈ ਸੀ ਮੈਂ ਘਰ ਫੋਨ ਲਾਇਆ ਤੇ ਘਰ ਕਹਿੰਦੇ ਵੀ ਠੰਡ ਬਹੁਤ ਹੋਈ ਆ ਠੰਡ ਇਸ ਕਰਕੇ ਹੋਈ ਆ ਜੀ ਆਹ ਵੇਖੋ ਇੱਥੇ ਆਹ ਸਨੋਹ ਪਈ ਹੋਈ ਜੀ ਗਰਮੀ ਦਾ ਮੌਸਮ ਆ ਗਿਆ ਆਹ ਫੇਰ ਸਨੋਹ ਪੈ ਗਈ ਇੱਥੇ ਕੱਲ ਆਹ ਵੇਖੋ ਆਹ ਤੁਹਾਨੂੰ ਦੱਸ ਰਹੀ ਆ ਇੱਥੇ ਵੈਦਰ ਦਾ ਕੋਈ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਚੇਂਜ ਹੋ ਜਾਂਦਾ ਜੀ ਆਹ ਵੇਖੋ ਸਨੋਹ ਪਈ ਹੋਈ ਆ ਜੀ ਇਸ ਕਰਕੇ ਠੰਡ ਹੋ ਗਈ ਸੀਗੀ ਦੁਬਾਰਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕਿੱਦਾਂ ਠੀਕ ਠਾਕ ਜੀ ਹਾਂਜੀ ਜਿਹੜਾ ਮੈਂ ਓਕਲਾਮਾ ਤੋਂ ਲੋਡ ਲੈ ਕੇ ਆਇਆ ਸੀਗਾ ਉਹ ਮੈਂ ਡਿਲੀਵਰ ਕਰਤਾ ਪਹਿਲ ਦਿਨ ਵੀ ਨਹੀਂ ਆ ਮੈਂ ਅੱਜ ਕਰਨਾ ਸੀਗਾ ਡਿਲੀਵਰ ਉਹ ਮੈਂ ਕਰਤਾ ਅਤੇ ਉਸ ਤੋਂ ਬਾਅਦ ਫਿਰ ਮੈਂ ਚੱਕਣਾ ਸੀਗਾ ਲੋਡ ਵੀ ਮੈਂ ਚੱਕ ਲਿਆ ਹੁਣ 12 ਵਜੇ ਹੋਏ ਮੇਰੇ ਕੋਲ ਇਸ ਟਾਈਮ ਅਤੇ ਲੋਡ ਚੱਕ ਕੇ ਇਹ ਮੈਂ ਜਾਣਾ ਆ ਸੰਡੇ ਨੂੰ ਲੈ ਕੇ ਜਾਣਾ ਹੈ ਮੈਂ ਮੈਪਸ ਜਾਣਾ ਆ ਅਤੇ ਮੈਪਸ ਤੋਂ ਬਾਅਦ ਫਿਰ ਵਾਪਸੀ ਮੈਂ ਜਰਸੀ ਨੂੰ ਆਊਂਗਾ ਕਿਉਂਕਿ ਉਹ ਭਾਅ ਜੀ ਨੇ ਅੱਜ ਮੈਨੂੰ ਦੱਸਤਾ ਜੀ ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਹੁਣ ਮੇਰਾ ਡੋਰ 'ਤੇ ਲਾਇਆ ਹੈਗਾ ਟਰੱਕ ਅਤੇ ਇਹਨਾਂ ਨੇ 5-10 ਮਿੰਟ ਲਾਏ ਆ ਹੁਣ ਮੈਂ ਇੱਥੋਂ ਜਾ ਰਿਹਾ ਜਾੜ ਦੇ ਵਿੱਚ ਕਿਉਂਕਿ ਟਰੱਕ ਦੇ ਨਾ ਸਟਿੱਕਰ ਲਵਾਉਣੇ ਆ ਜਿਹੜੇ ਕੰਪਨੀ ਦੇ ਟਰੱਕ ਦੇ ਸਟਿੱਕਰ ਲੱਗੇ ਹੁੰਦੇ ਆ ਉਹ ਨਵੇਂ ਲੱਗਣੇ ਆ ਹੁਣ ਮੈਂ ਜਾੜ 'ਤੇ ਜਾ ਰਿਹਾ ਅਤੇ ਆਪਾਂ ਤੁਹਾਨੂੰ ਚੱਲ ਕੇ ਉੱਥੇ ਜਾੜ ਦੇ ਵਿੱਚ ਦਿਖਾਉਂਦੇ ਹਾਂ ਸਟਿੱਕਰ ਭਾਅ ਜੀ ਉਹਨਾਂ ਨੇ ਕਿੱਦਾਂ ਦੇ ਬਣਵਾਏ ਆ ਅਤੇ ਫਿਰ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਜੀ ਹੁਣ ਲੋਡ ਮੇਰਾ ਡਨ ਹੋ ਗਿਆ ਅਤੇ ਹੁਣ ਆਪਾਂ ਜਾਣਾ ਅੱਜ ਆਇਓ ਵਾਪਸ ਅਤੇ ਆਇਓ ਫਿਰ ਆਪਾਂ ਸੰਡੇ ਨੂੰ ਚੱਲਾਂਗੇ ਜੀ ਮੈਪਸ ਨੂੰ ਅਤੇ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਕਰਦੇ ਰਹਾਂਗੇ ਜ਼ਰੂਰ ਅਤੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਮੇਰਾ ਲੋਡ ਹੋ ਗਿਆ ਅੱਜ ਲੋਡ 5-10 ਪਾਇਲਟ ਹੋਣੇ ਆ ਲੋਡ ਵੀ ਹਲਕਾ ਹੀ ਆ ਕੋਈ ਇੰਨਾ ਜ਼ਿਆਦਾ ਭਾਰਾ ਲੋਡ ਨਹੀਂ ਹੈਗਾ ਅਤੇ ਆਪਾਂ ਹੁਣ ਚੱਲਦੇ ਹਾਂ ਜਾੜ ਦੇ ਵਿੱਚ ਅਤੇ ਤੁਹਾਨੂੰ ਫਿਰ ਮਿਲਦੇ ਆਪਾਂ ਚੱਲ ਕੇ ਆਇਓ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਆਹਾ ਫੈਕਟਰੀ ਆ ਜੀ ਆਪਣਾ ਟਰੱਕ ਲੱਗਿਆ ਸੀਗਾ ਹੁਣ ਮੈਂ ਡੋਰ ਬੰਦ ਕਰਾਇਆ ਟ੍ਰੇਲਰ ਦੇ ਅਤੇ ਆਪਾਂ ਹੁਣ ਚੱਲਦੇ ਹਾਂ ਪੇਪਰ ਇਹਨਾਂ ਨੇ ਦੇ ਮੈਨੂੰ ਸਾਈਨ ਕਰਵਾ ਲਏ ਆ ਆਹਾ ਫੈਕਟਰੀ ਆ ਜੀ ਕਾਫੀ ਖੁੱਲ੍ਹੀ ਹੈ ਫੈਕਟਰੀ ਅਤੇ ਠੰਡ ਤਾਂ ਹੋਈ ਹੈ ਦੁਬਾਰਾ ਫਿਰ
ਰਸਤੇ ਦੇ ਵਿੱਚ ਤੁਹਾਨੂੰ ਮੈਂ ਦਿਖਾਊਂਗਾ ਤੇ ਵੀਡੀਓ ਦੇ ਵਿੱਚ ਦੇਖਿਓ ਸਨੋ ਪੈ ਰਹੀ ਹੈ ਰਸਤੇ ਦੇ ਵਿੱਚ ਮੈਂ ਸਨੋ ਪੈਂਦੀ ਦੇ ਵਿੱਚ ਹੀ ਆਇਆ ਜੀ ਜਾਣੀ ਕਿ ਜ਼ਿਆਦਾ ਨਹੀਂ ਪੈ ਰਹੀ ਸੀਗੀ ਠੀਕ ਸੀ ਜਾਂਦੀ ਫਿਰ ਵੀ ਪਈ ਗਈ ਹੈਗੀ ਨਾ ਜ਼ਿਆਦਾ ਸੀ ਨਾ ਘੱਟ ਸੀਗੀ ਇੱਧਰ ਵੈਦਰ ਤਾਂ ਕੋਈ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਖਰਾਬ ਹੋਇਆ ਨਾ ਜੀ ਅਤੇ ਆਪਣੀ ਲੋਕ ਬੁੱਕ ਵੀ ਆਨ ਆ ਅਤੇ ਆਪਾਂ ਹੁਣ ਚੱਲਦੇ ਹਾਂ ਇੱਥੋਂ ਜਾੜ ਦੇ ਵਿੱਚ ਫਿਰ ਆਪਾਂ ਤੁਹਾਨੂੰ ਮਿਲਦੇ ਚੱਲ ਕੇ ਜਾੜ ਦੇ ਵਿੱਚ
ਨੰਬਰ ਵੀ ਲੱਗ ਗਏ ਆ, ਇੱਧਰ ਡੀ ਓ ਟੀ ਨੰਬਰ ਵੀ ਲੱਗ ਗਏ ਆ, ਸਾਰੇ ਨੰਬਰ ਲੱਗ ਗਏ ਆ।